ਇਸ ਤੋਂ ਪਹਿਲਾਂ ਜਿਹੜੀ ਕਾਰਵਾਈ ਕੀਤੀ ਗਈ ਸੀ ਉਹ ਨੀਅਰ ਬਾਏ 50 ਲੱਖ ਦੀ ਸੀਗੀ, ਅਤੇ ਜਿਹੜੀ ਅਸੀਂ ਹੁਣ ਕੀਤੀ ਉਹ ਨੀਅਰ ਬਾਏ 70 ਲੱਖ ਦੀ ਹੈ ਜੀ। ਫਾਜ਼ਿਲਕਾ ਪੁਲਿਸ ਔਰ ਪੰਜਾਬ ਪੁਲਿਸ ਵੱਲੋਂ ਜਿਹੜੇ ਐਫਰਟਸ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੇ ਤਸਕਰਾਂ 'ਤੇ ਰੇਡਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਇਸੇ ਹੀ ਮੁਹਿੰਮ ਦੇ ਵਿੱਚ ਲੜੀ ਹੈ ਇੱਕ ਵੱਖਰਾ ਇੱਕ ਉਪਰਾਲਾ ਜਿਹੜਾ ਸਾਡੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕਰਾਈ ਜਾ ਕੇ ਤਾਂ ਕਿ ਇਹਨਾਂ ਨੂੰ ਫਾਈਨੈਂਸ਼ਲੀ ਜਿਹੜਾ ਲੌਸ ਹੋਵੇ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅੱਜ ਪੰਜਾਬ ਪੁਲਿਸ ਨੇ ਨੇੜਲੇ ਪਿੰਡਾਂ ਹਿੰਮਤਪੁਰਾ ਤੇ ਸੀਤੋ ਗਨੋ ਤੋਂ 3 ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਉਹਨਾਂ ਕੋਲੋਂ 56,52,002 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਬਹਾਵਲਵਾਲ ਦੇ ਇੰਚਾਰਜ ਸੁਨੀਲ ਕੁਮਾਰ ਨੇ ਕੀ ਦੱਸਿਆ, ਆਓ ਸੁਣਦੇ ਹਾਂ ਉਹਨਾਂ ਤੋਂ। ਕਿਸ ਤਰ੍ਹਾਂ ਦੀ ਕਾਰਵਾਈ ਹੈ ਦੱਸੋ ਜੀ? ਅਸੀਂ ਪਿਛਲੇ ਹਫ਼ਤੇ ਵੀ ਪਹਿਲਾਂ ਕਰਵਾਏ ਸੀਗੇ 3 ਜਿਹੜੇ NDPS ਦੇ ਸਾਡੇ ਦੋਸ਼ੀ ਸੀਗੇ ਜਿਨ੍ਹਾਂ ਦੀ ਪ੍ਰੋਪਰਟੀ ਅਸੀਂ ਐਨਾਲਿਸਿਸ ਕਰਕੇ ਉਹਨਾਂ ਦੀ ਅਟੈਚ ਕਰਵਾਈ ਸੀਗੀ। ਅਸੀਂ ਦੁਬਾਰਾ ਫਿਰ ਹੁਣ 3 ਹੋਰ ਜਿਹੜੀ ਹੈ ਸਾਨੂੰ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਆ ਚੁੱਕੇ ਨੇ। 68F ਦੇ ਤਹਿਤ ਇਹਨਾਂ ਦੀ ਪ੍ਰੋਪਰਟੀ ਜਿਹੜੀ ਹੈ 3 ਸਾਡੇ ਦੋਸ਼ੀ ਨੇ ਜਿਹੜੇ 2 ਹਿੰਮਤਪੁਰੇ ਦੇ ਅਤੇ 1 ਇੱਥੋਂ ਦੇ ਰਾਹੂ ਜੀ, ਇਹਨਾਂ ਨੇ ਅਸੀਂ ਜਿਹੜੀ ਹੈ ਪ੍ਰੋਪਰਟੀ ਅਟੈਚ ਕਰਵਾਈ ਹੈ। ਔਰ ਟੋਟਲ ਪ੍ਰੋਪਰਟੀ ਨੀਅਰ ਬਾਏ 70 ਲੱਖ ਦੇ ਕਰੀਬ ਜਿਹੜੀ ਹੈ ਉਹ ਹੋਈ ਹੈ ਜੀ। ਟੋਟਲ ਕਿੰਨੇ ਕੁ ਮੰਨੀ ਜੀ ਆਪਾਂ, ਕਿੰਨੇ ਲੱਖ ਦੀ? ਟੋਟਲ ਜਿਹੜਾ ਹੈ ਜੀ ਹੁਣ ਤੱਕ 9 ਪ੍ਰੋਪਰਟੀ ਕੇਸ ਜਿਹੜੇ ਤਿਆਰ ਕਰਕੇ ਭੇਜ ਚੁੱਕੇ ਹਾਂ। ਇਸ ਤੋਂ ਪਹਿਲਾਂ ਜਿਹੜੀ ਕਾਰਵਾਈ ਕੀਤੀ ਗਈ ਸੀ ਉਹ ਨੀਅਰ ਬਾਏ 50 ਲੱਖ ਦੀ ਸੀਗੀ, ਅਤੇ ਜਿਹੜੀ ਅਸੀਂ ਹੁਣ ਕੀਤੀ ਉਹ ਨੀਅਰ ਬਾਏ 70 ਲੱਖ ਦੀ ਹੈ ਜੀ। ਨੈਕਸਟ ਵੀ ਜਿਹੜੀ 3 ਕੇਸਿਸ ਜਿਹੜੇ ਸਾਡੇ ਪੈਂਡਿੰਗ ਨੇ ਉਹ ਵੀ ਸਾਡੇ ਨੀਅਰ ਬਾਏ 30-40 ਲੱਖ ਜਿਹੜੀ ਹੈ ਉਹ ਵੀ ਸਾਡੀ ਹੈਗੀ ਹੈ ਜੀ। ਨਸ਼ਾ ਤਸਕਰਾਂ ਨੂੰ ਲੈ ਕੇ ਕੀ ਕਹੋਗੇ ਜੀ? ਨਸ਼ਾ ਤਸਕਰ ਹੈ ਜਿਹੜੀ, ਇਹ ਐਜ਼ ਯੂਜ਼ੁਅਲ ਜੋ ਪੰਜਾਬ ਸਰਕਾਰ ਦਾ ਵਾਅਦਾ ਹੈ ਜੀ ਨਕਸਾ ਪੰਜਾਬ, ਸੇਮ ਐਜ਼ ਇਟ ਜਿਹੜੀ ਫਾਜ਼ਿਲਕਾ ਪੁਲਿਸ ਔਰ ਪੰਜਾਬ ਪੁਲਿਸ ਵੱਲੋਂ ਜਿਹੜੇ ਐਫਰਟਸ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੇ ਤਸਕਰਾਂ 'ਤੇ ਰੇਡਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਇਸੇ ਹੀ ਮੁਹਿੰਮ ਦੇ ਵਿੱਚ ਲੜੀ ਹੈ ਇੱਕ ਵੱਖਰਾ ਇੱਕ ਉਪਰਾਲਾ ਜਿਹੜਾ ਸਾਡੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕਰਾਈ ਜਾ ਕੇ ਤਾਂ ਕਿ ਇਹਨਾਂ ਨੂੰ ਫਾਈਨੈਂਸ਼ਲੀ ਜਿਹੜਾ ਲੌਸ ਹੋਵੇ, ਜਿੱਦਾਂ ਦੀ ਇਹਨਾਂ ਨੇ ਪ੍ਰੋਪਰਟੀ ਕਮਾਈ ਹੈ ਉਹ ਸਹੀ ਤਰੀਕੇ ਨਾਲ ਇਹਨਾਂ ਨੂੰ ਲੌਸ ਵੀ ਹੋਵੇ ਜੀ। ਠੀਕ। ਇਸ ਤੋਂ ਪਹਿਲਾਂ ਜਿਹੜੀ ਕਾਰਵਾਈ ਕੀਤੀ ਗਈ ਸੀ ਉਹ ਨੀਅਰ ਬਾਏ 50 ਲੱਖ ਦੀ ਸੀਗੀ, ਅਤੇ ਜਿਹੜੀ ਅਸੀਂ ਹੁਣ ਕੀਤੀ ਉਹ ਨੀਅਰ ਬਾਏ 70 ਲੱਖ ਦੀ ਹੈ ਜੀ। ਫਾਜ਼ਿਲਕਾ ਪੁਲਿਸ ਔਰ ਪੰਜਾਬ ਪੁਲਿਸ ਵੱਲੋਂ ਜਿਹੜੇ ਐਫਰਟਸ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੇ ਤਸਕਰਾਂ 'ਤੇ ਰੇਡਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਇਸੇ ਹੀ ਮੁਹਿੰਮ ਦੇ ਵਿੱਚ ਲੜੀ ਹੈ ਇੱਕ ਵੱਖਰਾ ਇੱਕ ਉਪਰਾਲਾ ਜਿਹੜਾ ਸਾਡੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕਰਾਈ ਜਾ ਕੇ ਤਾਂ ਕਿ ਇਹਨਾਂ ਨੂੰ ਫਾਈਨੈਂਸ਼ਲੀ ਜਿਹੜਾ ਲੌਸ ਹੋਵੇ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅੱਜ ਪੰਜਾਬ ਪੁਲਿਸ ਨੇ ਨੇੜਲੇ ਪਿੰਡਾਂ ਹਿੰਮਤਪੁਰਾ ਤੇ ਸੀਤੋ ਗਨੋ ਤੋਂ 3 ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕਰਦਿਆਂ ਉਹਨਾਂ ਕੋਲੋਂ 56,52,002 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਬਹਾਵਲਵਾਲ ਦੇ ਇੰਚਾਰਜ ਸੁਨੀਲ ਕੁਮਾਰ ਨੇ ਕੀ ਦੱਸਿਆ, ਆਓ ਸੁਣਦੇ ਹਾਂ ਉਹਨਾਂ ਤੋਂ। ਕਿਸ ਤਰ੍ਹਾਂ ਦੀ ਕਾਰਵਾਈ ਹੈ ਦੱਸੋ ਜੀ? ਅਸੀਂ ਪਿਛਲੇ ਹਫ਼ਤੇ ਵੀ ਪਹਿਲਾਂ ਕਰਵਾਏ ਸੀਗੇ 3 ਜਿਹੜੇ NDPS ਦੇ ਸਾਡੇ ਦੋਸ਼ੀ ਸੀਗੇ ਜਿਨ੍ਹਾਂ ਦੀ ਪ੍ਰੋਪਰਟੀ ਅਸੀਂ ਐਨਾਲਿਸਿਸ ਕਰਕੇ ਉਹਨਾਂ ਦੀ ਅਟੈਚ ਕਰਵਾਈ ਸੀਗੀ। ਅਸੀਂ ਦੁਬਾਰਾ ਫਿਰ ਹੁਣ 3 ਹੋਰ ਜਿਹੜੀ ਹੈ ਸਾਨੂੰ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਆਰਡਰ ਆ ਚੁੱਕੇ ਨੇ। 68F ਦੇ ਤਹਿਤ ਇਹਨਾਂ ਦੀ ਪ੍ਰੋਪਰਟੀ ਜਿਹੜੀ ਹੈ 3 ਸਾਡੇ ਦੋਸ਼ੀ ਨੇ ਜਿਹੜੇ 2 ਹਿੰਮਤਪੁਰੇ ਦੇ ਅਤੇ 1 ਇੱਥੋਂ ਦੇ ਰਾਹੂ ਜੀ, ਇਹਨਾਂ ਨੇ ਅਸੀਂ ਜਿਹੜੀ ਹੈ ਪ੍ਰੋਪਰਟੀ ਅਟੈਚ ਕਰਵਾਈ ਹੈ। ਔਰ ਟੋਟਲ ਪ੍ਰੋਪਰਟੀ ਨੀਅਰ ਬਾਏ 70 ਲੱਖ ਦੇ ਕਰੀਬ ਜਿਹੜੀ ਹੈ ਉਹ ਹੋਈ ਹੈ ਜੀ। ਟੋਟਲ ਕਿੰਨੇ ਕੁ ਮੰਨੀ ਜੀ ਆਪਾਂ, ਕਿੰਨੇ ਲੱਖ ਦੀ? ਟੋਟਲ ਜਿਹੜਾ ਹੈ ਜੀ ਹੁਣ ਤੱਕ 9 ਪ੍ਰੋਪਰਟੀ ਕੇਸ ਜਿਹੜੇ ਤਿਆਰ ਕਰਕੇ ਭੇਜ ਚੁੱਕੇ ਹਾਂ। ਇਸ ਤੋਂ ਪਹਿਲਾਂ ਜਿਹੜੀ ਕਾਰਵਾਈ ਕੀਤੀ ਗਈ ਸੀ ਉਹ ਨੀਅਰ ਬਾਏ 50 ਲੱਖ ਦੀ ਸੀਗੀ, ਅਤੇ ਜਿਹੜੀ ਅਸੀਂ ਹੁਣ ਕੀਤੀ ਉਹ ਨੀਅਰ ਬਾਏ 70 ਲੱਖ ਦੀ ਹੈ ਜੀ। ਨੈਕਸਟ ਵੀ ਜਿਹੜੀ 3 ਕੇਸਿਸ ਜਿਹੜੇ ਸਾਡੇ ਪੈਂਡਿੰਗ ਨੇ ਉਹ ਵੀ ਸਾਡੇ ਨੀਅਰ ਬਾਏ 30-40 ਲੱਖ ਜਿਹੜੀ ਹੈ ਉਹ ਵੀ ਸਾਡੀ ਹੈਗੀ ਹੈ ਜੀ। ਨਸ਼ਾ ਤਸਕਰਾਂ ਨੂੰ ਲੈ ਕੇ ਕੀ ਕਹੋਗੇ ਜੀ? ਨਸ਼ਾ ਤਸਕਰ ਹੈ ਜਿਹੜੀ,
ਇਹ ਐਜ ਯੂਜੁਅਲ ਜੋ ਪੰਜਾਬ ਸਰਕਾਰ ਦਾ ਵਾਅਦਾ ਹੈ ਜੀ ਨਕਸਾਮ ਪੰਜਾਬ ਸੇਮ ਐਜ ਇਟ ਜਿਹੜੀ ਫਾਜ਼ਿਲਕਾ ਪੁਲਿਸ ਔਰ ਪੰਜਾਬ ਪੁਲਿਸ ਵੱਲੋਂ ਜਿਹੜੇ ਐਫਰਟਸ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੇ ਤਸਕਰਾਂ 'ਤੇ ਰੇਡਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਇਸੇ ਹੀ ਮੁਹਿੰਮ ਦੇ ਵਿੱਚ ਲੜੀ ਹੈ ਇੱਕ ਵੱਖਰਾ ਇੱਕ ਉਪਰਾਲਾ ਜਿਹੜਾ ਸਾਡੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿ ਇਹਨਾਂ ਦੀ ਜਿਹੜੀ ਪ੍ਰੋਪਰਟੀ ਹੈ ਉਹ ਅਟੈਚ ਕਰਾਈ ਜਾ ਕੇ ਤਾਂ ਕਿ ਇਹਨਾਂ ਨੂੰ ਫਾਈਨੈਂਸ਼ਲੀ ਜਿਹੜਾ ਲੋਸ ਹੋਵੇ, ਜਿੱਦਾਂ ਦੀ ਇਹਨਾਂ ਨੇ ਪ੍ਰੋਪਰਟੀ ਕਮਾਈ ਹੈ ਉਹ ਸਹੀ ਤਰੀਕੇ ਨਾਲ ਇਹਨਾਂ ਨੂੰ ਲੋਸ ਵੀ ਹੋਵੇ ਜੀ। ਠੀਕ।